ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਪਹੁੰਚਿਆ ਸੀ ਅੱਜ ਯੂਬਾ ਸਿਟੀ ਦੇ ਵਿੱਚ। ਨਗਰ ਕੀਰਤਨ ਦੀ ਸੈਰਮਨੀ ਆਲਮੋਸਟ ਐਂਡ ਹੋ ਗਈਆਂ ਨੇ। ਦਿਨੇ ਤੁਹਾਨੂੰ ਮੈਂ ਇੱਕ ਰਿਕਾਰਡਿੰਗ ਜਿਹੜੀ ਸੀ ਨਗਰ ਕੀਰਤਨ ਦੇ ਮੁਤਲਕ ਦੱਸਿਆ ਸੀ ਕਿ ਨਗਰ ਕੀਰਤਨ ਅਸਲ ਵਿੱਚ ਕੀ ਹੈ। ਪੰਜਾਬੀ ਇਕੱਠ, ਪੰਜਾਬੀ ਲੋਕ ਜਿੱਥੇ ਆਉਂਦੇ ਜਾਂਦੇ ਸਾਰੇ ਲੋਕ ਜਿਹੜੇ ਨੇ, ਸਮਝ ਲਓ ਕਿ ਜਿਸ ਤਰ੍ਹਾਂ ਮੁਸਲਮਾਨਾਂ ਦਾ ਤਿਉਹਾਰ ਇੱਕ ਈਦ ਦੀ ਤਰ੍ਹਾਂ ਹੁੰਦਾ, ਉਸੇ ਤਰ੍ਹਾਂ ਇੱਥੇ ਜਿਹੜਾ ਪੰਜਾਬੀ ਮੇਲੇ ਦੀ ਤਰ੍ਹਾਂ ਇਕੱਠ ਕੀਤਾ ਜਾਂਦਾ, ਜਿੱਥੇ ਕਿ ਸਭ ਇੱਥੇ ਕੋਈ ਮਜ਼ਹਬ ਦੀ ਕੈਦ ਨਹੀਂ ਹੈ ਕਿ ਕੌਣ ਕੀ ਹੈ, ਲੇਕਿਨ ਇੱਥੇ ਫ੍ਰੀ ਗੁਰੂ ਨਾਨਕ ਕਿਚਨ, ਉਸ ਤੋਂ ਇਲਾਵਾ ਪਿਆਰ ਮੁਹੱਬਤ, ਔਰ ਮੈਂ ਕਹਾਂਗਾ ਕਿ ਇੱਕ ਤਾਂ ਐਡੀ ਸੋਹਣੀ ਪੰਜਾਬੀਆਂ ਨੇ ਇੱਥੇ ਮੈਨੂੰ ਮਿਲੀ ਹੈ ਕਿ ਬਾਕੀ ਦੁਨੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫੈਸਟੀਵਲ ਪੰਜਾਬੀਆਂ ਦੇ ਹੋਣੇ ਚਾਹੀਦੇ ਨੇ, ਜਿੱਥੇ ਫ੍ਰੀਲੀ ਹਰ ਕੋਈ ਆ ਜਾ ਸਕੇ ਔਰ ਆਪਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕੇ, ਔਰ ਉਸ ਤੋਂ ਬਾਅਦ ਫਿਰ ਜਿਹਨੂੰ ਜੋ ਜੋ ਕਰਨਾ ਉਹ ਉਹਦੇ ਵਿੱਚ ਕਰਦਾ ਆਪਣੀ ਜਿਹੜਾ ਕੋਈ। ਮੈਂ ਦੇਖਿਆ ਇੱਥੇ ਕਿ ਤੁਹਾਨੂੰ ਪੰਜਾਬੀ ਫੂਡ ਤੋਂ ਲੈ ਕੇ ਮੈਡੀਟਰੇਨੀਅਨ, ਉਸ ਤੋਂ ਬਾਅਦ ਸਿੰਗਾਪੁਰੀਅਨ, ਦੇਸੀ ਸਟਾਈਲ, ਹਰ ਕਿਸਮ ਦਾ ਤੁਹਾਨੂੰ ਜਿਹੜਾ ਇੱਥੇ ਫੂਡ ਜਿਹੜਾ ਉਹ ਇਹਦੇ ਵਿੱਚ ਮਿਲਦਾ। ਔਰ ਇੱਥੇ ਹਰ ਤਰ੍ਹਾਂ ਦੇ ਲੋਕ ਮਿਲਦੇ ਨੇ, ਪੰਜਾਬੀ ਜੁੱਤੀਆਂ ਪਾਈਆਂ ਹੋਈਆਂ, ਪੰਜਾਬੀ ਲਾਚੇ, ਪੰਜਾਬੀ ਟਰਬਨ ਬੰਨੇ ਹੋਏ ਉੱਥੇ, ਅਤੇ ਬਹੁਤ ਵਧੀਆ ਲੱਗਦਾ ਕਿ ਇੱਕ ਐਵੇਂ ਕੌਨਸੈਪਟ ਹੁੰਦਾ ਜਿਵੇਂ ਕਿ ਦੁਨੀਆਂ ਦੇ ਵਿੱਚ ਕੋਈ ਤੀਜਾ ਪੰਜਾਬ ਵੀ ਆ ਕੇ ਬਣ ਗਿਆ ਹੋਵੇ। ਮੈਂ ਕਹਾਂਗਾ ਕਿ ਲੋੜ ਫਿਰ ਉਹੀ ਗੱਲ ਦੀ ਹੈ, ਜਿਹੜਾ ਮੇਰਾ ਮੈਸੇਜ ਹਮੇਸ਼ਾ ਲਈ ਹੁੰਦਾ ਕਿ ਵੀ ਇਹੀ ਕਹਾਂਗੇ ਕਿ ਸਾਨੂੰ ਇਕੱਠੇ ਰਹਿਣ ਦੀ ਲੋੜ ਹੈ ਪੰਜਾਬੀਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ। ਜਦੋਂ ਜਦੋਂ ਪੰਜਾਬੀ ਇੱਕ ਪਲੇਟਫਾਰਮ ਦੇ ਇਕੱਠੇ ਹੋਏ ਨੇ, ਉਹਨਾਂ ਨੇ ਦੁਨੀਆਂ ਨੂੰ ਪਤਾ ਕੀਤਾ, ਜਦੋਂ ਜਦੋਂ ਪੰਜਾਬੀ ਵੰਡੇ ਗਏ ਨੇ, ਜਦੋਂ ਜਦੋਂ ਧੜੇਬੰਦੀਆਂ ਕੀਤੀਆਂ ਗਈਆਂ ਨੇ, ਪੰਜਾਬੀਆਂ ਨੂੰ ਕੱਖ ਵੀ ਨਹੀਂ ਮਿਲਿਆ ਸਵਾਏ ਜ਼ਿਲ੍ਹੇ ਤੋਂ ਰਸਵਾਈ ਦੇ। ਮੈਂ ਕਹਾਂਗਾ ਕਿ ਉਸ ਜ਼ਿਲ੍ਹੇ ਤੋਂ ਰਸਵਾਈ ਤੋਂ ਅਗਰ ਬਚਣ ਵਾਸਤੇ ਅਗਰ ਅੱਜ ਵੀ ਸਾਡੇ ਕੋਲ ਇੱਕ ਮੌਕਾ ਹੈ, ਉਹ ਇਹੀ ਹੈ ਕਿ ਸਿਰਫ ਪਿਆਰ ਵੰਡਿਆ ਜਾਏ, ਨਫ਼ਰਤਾਂ ਖਤਮ ਕੀਤੀਆਂ ਜਾਣ। ਔਰ ਮੈਂ ਉਹਨਾਂ ਨਫ਼ਰਤਾਂ ਨੂੰ ਖਤਮ ਕਰਨ ਵਾਸਤੇ ਲਾਹੌਰ ਤੋਂ ਇਸਲਾਮਾਬਾਦ, ਔਰ ਇਸਲਾਮਾਬਾਦ ਤੋਂ ਫਿਰ ਸਿੱਧਾ ਸੈਨ ਹੋਜ਼ੇ, ਔਰ ਸੈਨ ਹੋਜ਼ੇ ਤੋਂ ਅੱਜ ਮੈਂ ਯੂਬਾ ਸਿਟੀ ਦੇ ਵਿੱਚ ਪਹੁੰਚਿਆ ਹਾਂ ਸਿਰਫ ਨਗਰ ਕੀਰਤਨ ਦੀ ਸ਼ਿਰਕਤ ਵਾਸਤੇ। ਕੱਲ੍ਹ ਮੇਰਾ ਬਹੁਤ ਸੋਹਣਾ ਪ੍ਰੋਗਰਾਮ ਸੀ, ਬੜੇ ਸਕਾਲਰਸ ਮੈਨੂੰ ਮਿਲੇ, ਬੜੇ ਲੋਕ ਇੱਥੋਂ ਮੈਨੂੰ ਮਿਲੇ, ਉਹਨਾਂ ਨਾਲ ਗੱਲਬਾਤ ਵੀ ਹੋਈ, ਟੀ ਵੀ ਚੈਨਲਸ ਵਾਲਿਆਂ ਨਾਲ ਵੀ ਗੱਲ ਹੋਈ। ਤਾਂ ਮੈਨੂੰ ਇੰਨੀ ਕੁ ਖੁਸ਼ੀ ਹੈ ਕਿ ਮੈਂ ਜਿੱਥੇ ਜਿੱਥੇ ਗਿਆ ਹਾਂ, ਜਿਸ ਜਿਸ ਜਗ੍ਹਾ ਦੇ ਉੱਤੇ ਗਿਆ ਹਾਂ, ਤਮਾਮ ਮੈਨੂੰ ਇਸ ਤਰ੍ਹਾਂ ਲੋਕ ਜਾਣਦੇ ਸੀ ਜਿਸ ਤਰ੍ਹਾਂ ਕਿ ਮੈਂ ਆਲਰੇਡੀ ਅਮੈਰੀਕਾ ਦਾ ਸਿਟੀਜ਼ਨ ਹਾਂ। ਲੇਕਿਨ ਮੈਂ ਟੂ ਬੀ ਵੈਰੀ ਫਰੈਂਕ ਕਿ ਮੈਂ ਲਾਈਫ ਵਿੱਚ ਫਸਟ ਟਾਈਮ ਯੂ ਐੱਸ ਏ ਆਇਆ, ਲੇਕਿਨ ਇੱਥੇ ਪੰਜਾਬੀ ਕਮਿਊਨਿਟੀ ਵੱਲੋਂ ਮੈਨੂੰ ਇੰਨਾ ਕੁ ਪਿਆਰ ਮਿਲਿਆ, ਇੰਨਾ ਕੁ ਪਿਆਰ ਮਿਲਿਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਦਿਨੇ ਰਾਤੀ ਕਿਸੇ ਟਾਈਮ ਵੀ ਅਗਰ ਮੈਂ ਜਿੱਥੇ ਵੀ ਖੜ੍ਹਾ ਹੋਇਆ ਵਾਂ, ਉੱਥੇ ਤਮਾਮ ਦੇ ਤਮਾਮ ਲੋਕ ਜਿਹੜੇ ਨੇ, ਉਹਨਾਂ ਨੇ ਮੈਨੂੰ ਵੈਲਕਮ ਕੀਤਾ। ਹੁਣ ਵੀ ਮੈਂ ਆਉਂਦਿਆਂ ਆਉਂਦਿਆਂ, ਮੇਰਾ ਖਿਆਲ ਹੈ ਬੂਥ ਨੰਬਰ 4 ਤੋਂ ਮੈਂ 10 ਤੱਕ ਆਉਣਾ ਸੀ, ਅਤੇ ਮੈਨੂੰ ਅੱਧਾ ਘੰਟਾ ਲੱਗ ਗਿਆ। ਮੇਰੇ ਐਫ ਬੀ ਦੇ ਤਮਾਮ ਫੋਲੋਅਰਸ, ਮੇਰੇ ਵੀਰ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ, ਮੁੜ ਜੀ ਨਾਲ ਗੱਲ ਆਪਾਂ ਲਾਈਵ ਵੀ ਕਰਦੇ ਹਾਂ। ਸਿਰਫ ਨਗਰ ਕੀਰਤਨ ਬਸ ਜੀ, ਸਾਡਾ ਵੀ ਇੱਥੇ ਕੱਚਾ ਪੱਕਾ ਹੀ ਪ੍ਰੋਗਰਾਮ ਸੀਗਾ, ਲੇਕਿਨ ਅੱਜ ਪੂਰਾ ਦਿਨ ਹੀ ਗੁਜ਼ਰ ਗਿਆ ਇੱਥੇ। ਇੰਨੀ ਰੌਣਕ ਦੇਖ ਕੇ, ਇੰਨਾ ਪਿਆਰ ਦੇਖ ਕੇ, ਤਾਂ ਦਿਲ ਨਹੀਂ ਕਰਦਾ ਇੱਥੇ ਜਾਣ ਨੂੰ। ਮਤਲਬ ਇੰਨੀਆਂ ਰੌਣਕਾਂ ਲੱਗੀਆਂ ਹੋਈਆਂ, ਇੰਨੀਆਂ ਸਾਂਝਾਂ ਪਈਆਂ ਹੋਈਆਂ, ਕਿਸੇ ਨੂੰ ਕਿਸੇ ਦੇ ਨਾਲ ਲੜਦੇ ਨਹੀਂ ਦੇਖਿਆ, ਕਿਸੇ ਨੂੰ ਕਿਸੇ ਦੇ ਨਾਲ ਤੂੰ ਮੈਂ ਨਹੀਂ ਕਰਦੇ ਦੇਖਿਆ। ਇੰਨਾ ਪਿਆਰ ਹੈ ਕਿ ਰੋਕ ਰੋਕ ਕੇ ਲੋਕ ਰਸਤੇ ਦੇ ਵਿੱਚ ਤੁਹਾਨੂੰ ਲੰਗਰ ਦਿੰਦੇ ਆ, ਔਰ ਲੰਗਰ ਦੀ ਮੈਂ ਸਪੈਸ਼ਲਿਟੀ ਦੱਸਾਂ ਕਿ ਇੱਥੇ ਲੰਗਰ ਉਹ ਸਾਦਾ ਲੰਗਰ ਨਹੀਂ ਹੈ, ਇੱਥੇ ਟੋਟਲੀ ਮੈਂ ਕਹਾਂਗਾ ਤੁਹਾਨੂੰ ਕਿ ਕੇ ਐੱਫ ਸੀ ਔਰ ਪੀਜ਼ਾ ਟਾਈਪ ਲੰਗਰ ਵੀ ਜਿਹੜਾ ਉਹ ਵੀ ਅਵੇਲੇਬਲ ਹੈ, ਜਿੰਨੇ ਜੋ ਖਾਣਾ ਉਹਦੇ ਵਾਸਤੇ ਉਹ ਕੁਛ ਇੱਥੇ ਅਵੇਲੇਬਲ ਹੈ। ਮੈਂ ਕਹਿੰਦਾ ਕਿ ਅਮੇਜ਼ਿੰਗ। ਲੇਕਿਨ ਫਿਰ ਗੱਲ ਉੱਥੇ ਘੁੰਮ ਫਿਰ ਕੇ ਆ ਜਾਏਗੀ ਕਿ ਜਦੋਂ ਅਸੀਂ ਪਿਆਰ ਵੰਡਾਂਗੇ, ਜਦੋਂ ਅਸੀਂ ਦੁਨੀਆਂ ਦੇ ਉੱਤੇ ਪੰਜਾਬੀ ਇਕੱਠੇ ਹੋਵਾਂਗੇ, ਤਾਂ ਅਸੀਂ ਬੜਾ ਕੁਛ ਕਰ ਸਕਦੇ ਹਾਂ। ਲੇਕਿਨ ਪੰਜਾਬੀਆਂ ਨੂੰ ਪਾੜਿਆ ਹੀ ਇਸੇ ਲਈ ਗਿਆ, ਪੰਜਾਬੀਆਂ ਦੇ ਦਰਮਿਆਨ ਵਿੱਥਾਂ ਇਸੇ ਲਈ ਪਾਈਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਇਕੱਠਾ ਨਾ ਹੋਣ ਦਿੱਤਾ ਜਾਏ। ਲੇਕਿਨ ਮੈਂ ਕਹਾਂਗਾ ਕਿ ਇੱਥੇ ਮੈਂ ਅੱਜ ਜਿਹੜਾ ਦੇਖਿਆ, ਘੱਟੋ ਘੱਟ 1 ਲੱਖ ਤੋਂ ਵੱਧ ਦਾ ਮਜਮਾ ਜਿਹੜਾ ਸੀ, ਇੱਕ ਲੱਖ ਤੋਂ ਇਸ ਸਾਲ ਜਿਹੜਾ ਸੀ ਜ਼ਿਆਦਾ ਲੋਕ ਇਕੱਠੇ ਹੋਏ ਹੋਏ ਸਨ। ਅਤੇ ਮੈਂ ਕਹਾਂਗਾ ਕਿ ਇਹ ਸਾਂਝਾਂ ਪਿਆਰ ਦੀਆਂ ਜਿਹੜੀਆਂ ਨੇ ਬਣੀਆਂ ਰਹਿਣ, ਔਰ ਜਿਹੜਾ ਪਿਆਰ ਹੈ ਜਿਹਨੂੰ ਕਿ ਅਸੀਂ ਵੰਡ ਕੇ ਵੀ ਛੱਕ ਰਹੇ ਹਾਂ ਇੱਥੇ, ਪਿਆਰ ਨੂੰ ਵੀ ਵਧਾ ਰਹੇ ਹਾਂ, ਅਤੇ ਮੈਂ ਕਹਾਂਗਾ ਕਿ ਸਾਰਾ ਕੁਝ ਚੱਲਦਾ ਰਹੇ ਤਾਂ ਬਹੁਤ ਮਜ਼ਾ ਆਏਗਾ, ਔਰ ਦਿਲ ਜਿਹੜਾ ਖੁਸ਼ ਹੁੰਦਾ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਹੀ ਦੇਖ ਕੇ ਕਿ ਪਿਆਰ ਵਧਾਓ ਜਿੱਥੇ ਤੱਕ ਹੋ ਸਕਦਾ, ਅਮਨ ਦਾ ਮੈਸੇਜ ਦਿਓ, ਪੀਸ ਦਾ ਮੈਸੇਜ ਦਿਓ ਹਰ ਇੱਕ ਨੂੰ, ਔਰ ਜਿੱਥੇ ਤੱਕ ਵੀ ਇਹ ਪਿਆਰ ਔਰ ਪੀਸ ਦਾ ਮੈਸੇਜ ਉਹ ਲੈ ਕੇ ਫਿਰ ਹਾਜ਼ਰ ਹੋਵਾਂਗਾ। ਵੀਰ ਜੀ ਨਾਲ ਗੱਲ ਕਰੋ, ਸਤਿ ਸ਼੍ਰੀ ਅਕਾਲ ਜੀ। ਇਹ ਵੀ ਮੇਰੇ ਫੇਸਬੁੱਕ ਫੋਲੋਅਰਸ ਨੇ, ਫਰੈਂਡ ਵੀ ਨੇ ਜੀ, ਔਰ ਮੈਨੂੰ ਦੇਖਣ ਵਾਸਤੇ ਸਟੋਕਟਨ ਵੀ ਇਹ ਪਹੁੰਚੇ ਹੋਏ ਸਨ, ਆਪਣੀ ਗੱਲਬਾਤ ਵੀ ਉੱਥੇ ਹੋਈ ਸੀ ਉਹਨਾਂ ਨਾਲ। ਤਾਂ ਮੈਸੇਜ ਉਹੀ ਹੈ ਜਿਹੜਾ ਹਮੇਸ਼ਾ ਮੇਰਾ ਹੁੰਦਾ ਕਿ ਪਿਆਰ ਵਧਣਾ ਚਾਹੀਦਾ, ਨਫ਼ਰਤਾਂ ਜਿਹੜੀਆਂ ਨੇ ਬਹੁਤ ਆਸਾਨ ਆ, ਪਿਆਰ ਵਧਾਉਣਾ ਬਹੁਤ ਔਖਾ, ਬੜੇ ਬੜੇ ਕੰਮ ਕਰਨੇ ਪੈਂਦੇ ਨੇ ਤਾਂ ਜਾ ਕੇ ਪਿਆਰ ਵੱਧਦੇ ਨੇ। ਇਹ ਪਿਆਰ
ਵਧਾਉਂਦਿਆਂ ਵਧਾਉਂਦਿਆਂ ਮੈਂ ਯੂ ਐਸ ਏ ਪਹੁੰਚਿਆ ਹਾਂ ਤਾਂ ਉਮੀਦ ਕਰਦਾ ਹਾਂ ਤੁਹਾਨੂੰ ਮੇਰਾ ਸਫ਼ਰ ਜਿਹੜਾ ਉਹ ਪਸੰਦ ਆਏਗਾ।